ਤਰਕਸ਼ੀਲ ਟੀਵੀ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਦੋਸਤ ਆਜ਼ਾਦ। ਦੋਸਤੋ, ਅੱਜ ਜਦੋਂ ਕਰੋਨਾ ਮਹਾਮਾਰੀ ਪੂਰੇ ਵਿਸ਼ਵ ਪੱਧਰ ਤੇ ਫੈਲੀ ਹੋਈ ਹੈ ਅਤੇ ਮਨੁੱਖ ਜਾਤੀ ਦਾ ਭਵਿੱਖ ਸਵਾਲਾਂ ਦੇ ਘੇਰੇ ਵਿੱਚ ਆਣ ਖਲੋਤਾ ਹੈ, ਅਜਿਹੇ ਔਖੇ ਸਮੇਂ ਚਾਹੀਦਾ ਤਾਂ ਇਹ ਹੈ ਕਿ ਅਸੀਂ ਆਪਸੀ ਪਿਆਰ, ਸਾਂਝ, ਭਾਈਚਾਰਕ ਏਕਤਾ, ਸਾਂਝ ਆਦਿ ਦਾ ਖਹਿੜਾ ਨਾ ਛੱਡੀਏ ਤੇ ਅਤੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਭਾਈਵਾਲ ਬਣੀਏ। ਪਰ ਅਜਿਹੇ ਸਮੇਂ ਅਜਿਹੀਆਂ ਖਬਰਾਂ ਦਾ ਆਉਣਾ ਕਿ ਫਲਾਂ ਪਿੰਡ ਦੇ ਲੋਕ ਕਿਸੇ ਕਰੋਨਾ ਕਰਕੇ ਹੋਈ ਮੌਤ ਦਾ ਸੰਸਕਾਰ ਆਪਣੇ ਪਿੰਡ ਵਿੱਚ ਕਰਨ ਨਹੀਂ ਦੇ ਰਹੇ, ਅਜਿਹੀਆਂ ਖਬਰਾਂ ਸਾਡੀ ਥੋਥੀ ਮਨੁੱਖਤਾ ਨੂੰ ਜਗ ਜ਼ਾਹਰ ਕਰਦਿਆਂ ਸਾਡੇ ਮਨੁੱਖ ਹੋਣ 'ਤੇ ਸਵਾਲ ਖੜ੍ਹੇ ਕਰਦੇ ਹਨ। ਇਸ ਵਿਸ਼ੇ 'ਤੇ ਅਸੀਂ ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਮਾਝਾ ਦੇ ਜਥੇਬੰਦਕ ਮੁਖੀ ਰਾਜਵੰਤ ਬਾਗੜੀਆਂ ਜੀ ਨਾਲ ਲੰਬੀ ਵਾਰਤਾ ਕੀਤੀ। ਆਓ ਵਿਖਾਉਂਦੇ ਹਾਂ ਤੁਹਾਨੂੰ ਉਸ ਗੱਲਬਾਤ ਵਿੱਚੋਂ ਕੁਝ ਅੰਸ਼ਕ ਗੱਲਾਂ। ਜਿਸ ਤਰ੍ਹਾਂ ਕਿ ਅੱਜ ਕੱਲ੍ਹ ਕਰੋਨਾ ਮਹਾਮਾਰੀ ਪੂਰੇ ਵਿਸ਼ਵ ਦੇ ਵਿੱਚ ਚੱਲ ਰਹੀ ਆ ਅਤੇ ਉਹਦੇ ਵਿੱਚ ਬੜੇ ਸਾਰੇ ਮਨੁੱਖੀ ਪੁਆਇੰਟਸ ਵੀ ਨਿਕਲ ਕੇ ਸਾਹਮਣੇ ਆ ਰਹੇ ਨੇ। ਇੱਕ ਬੜਾ ਸੈਂਸਿਟਿਵ ਜਿਹੜਾ ਪੁਆਇੰਟ ਹੈਗਾ ਉਹ ਮੈਨੂੰ ਲੱਗਿਆ ਇਹ ਹੈ ਵੀ ਲੋਕ ਪੰਜਾਬ ਦੇ ਵਿੱਚ ਖਾਸ ਕਰਕੇ ਤੁਹਾਡੇ ਅੰਮ੍ਰਿਤਸਰ ਦੇ ਵਿੱਚ ਘਟਨਾ ਹੋਈ, ਪਤਾ ਲੱਗਿਆ ਵੀ ਉਹਨਾਂ ਨੇ ਆਪਣੀ ਮ੍ਰਿਤਕ ਦੇਹ ਨੂੰ ਪਿੰਡ ਦੇ ਲੋਕਾਂ ਨੇ ਸੰਸਕਾਰ ਕਰਨ ਤੋਂ ਰੋਕਿਆ। ਇੱਦਾਂ ਦੀ ਹੀ ਘਟਨਾ ਖਰੜ ਹੋਈ, ਉਹਨਾਂ ਉੱਥੇ ਦੇ ਪਿੰਡ ਦੇ ਲੋਕਾਂ ਨੇ ਕਿਹਾ ਵੀ ਨਹੀਂ ਇੱਥੇ ਸੰਸਕਾਰ ਨਹੀਂ ਕਰਨ ਦੇਣਾ। ਇੱਦਾਂ ਦੀ ਹੀ ਅੱਜ ਖਬਰ ਇੱਕ ਹੈਗੀ ਆ ਪਟਿਆਲੇ ਦੀ, ਉੱਥੇ ਦੇ ਵੀ ਲੋਕਾਂ ਨੇ ਕੀਤਾ। ਜਦੋਂ ਇੱਦਾਂ ਦੀਆਂ ਮਹਾਂਮਾਰੀਆਂ ਫੈਲਦੀਆਂ, ਲੋਕਾਂ ਦਾ ਜਿਹੜਾ ਸੁਭਾਅ ਹੈਗਾ ਇਸ ਤਰ੍ਹਾਂ ਦਾ ਅਸੀਂ ਦੇਖ ਰਹੇ ਹਾਂ ਬਣ ਰਿਹਾ, ਇਹਦੇ ਬਾਰੇ ਜੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜਿੱਥੋਂ ਤੱਕ ਕਿਸੇ ਵੀ ਸਰੀਰਕ ਬਿਮਾਰੀ ਦੀ ਗੱਲ ਵਾ, ਇਹ ਮਾਨਸਿਕ ਉਲਝਣਾਂ ਪੈਦਾ ਕਰ ਦਿੰਦੀ ਆ, ਪਰ ਜਿੱਥੋਂ ਤੱਕ ਕੋਰੋਨਾ ਵਾਇਰਸ ਜਿਹੜੀ ਮਹਾਂਮਾਰੀ ਸੰਸਾਰ ਪੱਧਰ ਤੇ ਫੈਲੀ ਹੋਈ ਆ, ਇਉਂ ਲੱਗਦਾ ਕਿ ਜਿਵੇਂ ਮਾਸਕੋਬੀਆ ਹੋ ਗਿਆ ਲੋਕਾਂ ਨੂੰ, ਜਿਸ ਦੇ ਲਈ ਦੇਸ਼ ਦਾ ਇਲੈਕਟ੍ਰੋਨਿਕਸ ਮੀਡੀਆ, ਸੋਸ਼ਲ ਮੀਡੀਆ ਅਤੇ ਸਰਕਾਰਾਂ ਦੀਆਂ ਨੀਤੀਆਂ ਲੱਗਦਾ ਪੂਰੀ ਤਰ੍ਹਾਂ ਜ਼ਿੰਮੇਵਾਰ। ਓਕੇ, ਤੇ ਜਿਸ ਤਰ੍ਹਾਂ ਕਿ ਇਹ ਦਿਖਾਇਆ ਜਾ ਰਿਹਾ ਵੀ ਉੱਥੇ ਵੀ ਇਸ ਤਰ੍ਹਾਂ ਹੋਇਆ, ਉੱਥੇ ਵੀ ਇਸ ਤਰ੍ਹਾਂ ਹੋਇਆ, ਕੀ ਏਡੇ ਇਸ ਤਰ੍ਹਾਂ ਹੋ ਵੀ ਰਿਹਾ ਸੱਚੀ ਮੁੱਚੀ? ਹਾਂ, ਜੇਕਰ ਇਲੈਕਟ੍ਰੋਨਿਕਸ ਮੀਡੀਆ ਦੇ ਉੱਪਰ ਜਿਹੜੀਆਂ ਖ਼ਬਰਾਂ ਵਿਖਾਈਆਂ ਜਾ ਰਹੀਆਂ ਸੀ ਪਿਛਲੇ ਸਾਲ ਦਹਾਕਿਆਂ ਤੋਂ, ਪਰ ਅੱਜ ਕੱਲ੍ਹ ਖ਼ਬਰਾਂ ਵਿਖਾਉਣ ਦਾ ਜਿਹੜਾ ਢੰਗ ਵਾ ਬੜਾ ਪੇਚੀਦਾ ਜਾਂ ਡਰਾਉਣ ਵਾਲਾ ਹੈਗਾ। ਇਸ ਡਰਾ ਦਾ ਜਿਹੜਾ ਵਾ ਨਤੀਜਾ ਜਨਤਾ ਦੀ ਮਾਨਸਿਕਤਾ ਤੇ ਪੈਣਾ ਜਿਹੜਾ ਵਾ ਸੁਭਾਵਿਕ ਵਾ। ਓਕੇ, ਤੇ ਜਿਹੜੀ ਅੰਮ੍ਰਿਤਸਰ ਦੇ ਵਿੱਚ ਘਟਨਾ ਹੋਈ ਸੀ, ਮੇਰੇ ਖਿਆਲ ਭਾਈ ਨਿਰਮਲ ਸਿੰਘ ਜੀ ਸ਼ਾਇਦ ਮੈਨੂੰ ਯਾਦ ਹੋਵੇ, ਉਹਨਾਂ ਦੇ ਦੇਹ ਦਾ ਸੰਸਕਾਰ ਕਰਨ ਦੀ ਗੱਲ ਹੋਈ ਸੀ। ਮੈਂ ਇਹ ਵੀ ਗੱਲ ਸੁਣੀ ਸੀ ਵੀ ਉੱਥੇ ਤਰਕਸ਼ੀਲ ਸੁਸਾਇਟੀ ਨੇ ਸ਼ਾਇਦ ਔਫਰ ਕੀਤਾ ਸੀ ਵੀ ਜੇਕਰ ਕੋਈ ਨਹੀਂ ਕਰਨਾ ਚਾਹੁੰਦਾ ਤਾਂ ਅਸੀਂ ਕਰਨ ਨੂੰ ਤਿਆਰ ਹੈਗੇ ਹਾਂ, ਇਹ ਗੱਲਬਾਤ ਕੀ ਹੋਈ ਸੀ ਮੈਨੂੰ ਥੋੜ੍ਹਾ ਜਿਹਾ ਦੱਸੋਗੇ ਇਹਦੇ ਬਾਰੇ? ਚ ਇਹਦੇ ਬਾਰੇ ਇਹ ਗੱਲਬਾਤ ਹੋਈ ਕਿ ਜਿਹੜਾ ਉਸ ਇਲਾਕੇ ਤੋਂ ਦੂਸਰਾ ਸ਼ਮਸ਼ਾਨ ਘਾਟ ਸ਼ਹਿਰ ਦਾ ਵੇਰਕਾ ਬਾਈਪਾਸ ਸੀ ਜੀ, ਪ੍ਰਸ਼ਾਸਨ ਇਹ ਸਮਝਦਾ ਸੀ ਕਿ ਵੇਰਕੇ ਬਾਈਪਾਸ ਦੇ ਉੱਪਰ ਉਸ ਦਾ ਜਿਹੜਾ ਸੰਸਕਾਰ ਕਰ ਦਿੱਤਾ ਜਾਵੇ, ਪਰ ਉੱਥੋਂ ਦੇ ਲੋਕਾਂ ਦੇ ਵਿੱਚ ਡਰ ਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਕਿ ਇਸ ਦੇ ਸੰਸਕਾਰ ਤੋਂ ਬਾਅਦ ਇੱਥੇ ਮਹਾਂਮਾਰੀ ਫੈਲ ਜਾਏਗੀ। ਇਸ ਦਰਮਿਆਨ ਲੋਕਾਂ ਨੇ, ਭਾਰੀ ਇਕੱਠ ਨੇ ਉਸਨੂੰ ਰੋਕ ਦਿੱਤਾ ਗਿਆ ਕਿ ਇੱਥੇ ਨਹੀਂ ਹੋਏਗਾ। ਤਰਕਸ਼ੀਲ ਸੁਸਾਇਟੀ ਅੰਮ੍ਰਿਤਸਰ ਇਕਾਈ ਦੇ ਸਾਡੇ ਮੈਂਬਰ ਬਲਕਾਰ ਦੁਦਾਲਾ ਜੀ ਨੇ ਐਸ ਡੀ ਐਮ ਮਜੀਠਾ ਨੂੰ ਪੇਸ਼ਕਸ਼ ਕੀਤੀ, ਫੋਨ ਤੇ ਗੱਲ ਕੀਤੀ ਕਿ ਜੇਕਰ ਤੁਸੀਂ ਚਾਹੋ ਸਾਡੇ ਘਰ ਦੀ ਨਿੱਜੀ ਜ਼ਮੀਨ ਦੇ ਉੱਪਰ ਤੁਸੀਂ ਸੰਸਕਾਰ ਕਰ ਸਕਦੇ। ਇਹ ਗੱਲ ਕਰਕੇ ਤਰਕਸ਼ੀਲਾਂ ਨੇ ਇਹ ਸਿੱਧ ਕਰ ਦਿੱਤਾ ਕਿ ਤਰਕਸ਼ੀਲ ਕਿਸੇ ਵੀ ਵਿਅਕਤੀ ਨਾਲ ਜਾਤ ਪਾਤ ਤੇ ਧਰਮ ਦੇ ਆਧਾਰ ਤੇ ਵਿਤਕਰਾ ਨਹੀਂ ਕਰਦੀ।
ਤੇ ਇਸੇ ਦੇ ਨਾਲ ਮੈਨੂੰ ਲੱਗਦਾ ਵੀ ਇੱਕ ਇਹ ਵੀ ਗੱਲ ਸਿੱਧ ਹੁੰਦੀ ਆ ਵੀ ਜਿਸ ਤਰ੍ਹਾਂ ਕਿ ਧਰਮ ਕਹਿੰਦੇ ਆ ਜਾਂ ਧਾਰਮਿਕ ਲੋਕ ਕਹਿੰਦੇ ਆ ਵੀ ਕਿਉਂਕਿ ਜਿਹੜਾ ਮਰਨ ਕਰਨ ਦੀ ਗੱਲ ਹੈਗੀ ਆ, ਸੰਸਕਾਰ ਕਰਨ ਦੀ ਗੱਲ ਹੈਗੀ ਆ, ਇਹ ਸਾਰੇ ਧਰਮਾਂ ਨੇ ਲਗਭਗ ਕਿਸੇ ਨਾ ਕਿਸੇ ਤਰੀਕੇ ਨਾਲ ਅਡੋਪਟ ਕੀਤੀ ਹੋਈ ਆ। ਤੇ ਕਈ ਕਈ ਇੱਦਾਂ ਲੈ ਲਈਏ ਵੀ ਕਾਫੀ ਸਾਰੀ ਜਿਹੜੀ ਮਨੁੱਖ ਜਾਤੀ ਹੈਗੀ ਆ ਉਹਨਾਂ ਦੇ ਧਰਮ ਦੇ ਨਾਲ ਜੁੜੇ ਰਹਿਣ ਦਾ ਕਾਰਨ ਵੀ ਸ਼ਾਇਦ ਇਹ ਗੱਲ ਵੀ ਬਾਤ ਵੀ ਹੈਗੀ ਵੀ ਅੰਤ ਤੇ ਸਾਡਾ ਸੰਸਕਾਰ ਕਿਸ ਰੀਤ ਦੇ ਹਿਸਾਬ ਨਾਲ ਹੋਏਗਾ। ਜਦੋਂ ਇਹ ਗੱਲਾਂ ਉੱਠ ਰਹੀਆਂ ਨੇ ਤਾਂ ਮੈਨੂੰ ਲੱਗਦਾ ਵੀ ਇਹ ਗੱਲ ਜਿਹੜੀ ਉਹ ਧਰਮ ਦੀ ਗੱਲ ਹੈਗੀ ਆ, ਧਾਰਮਿਕ ਆਗੂਆਂ ਦੀ ਗੱਲ ਹੈਗੀ ਆ, ਉਹਦੇ ਤੇ ਵੀ ਮੈਨੂੰ ਲੱਗਦਾ ਸੱਟ ਮਾਰਦੀ ਹੋਏਗੀ। ਤੁਸੀਂ ਕੀ ਕਹਿ ਸਕਦੇ ਹੋ ਇਹਦੇ ਬਾਰੇ ਚ? ਜਿਹੜੇ ਵਿਗਿਆਨਕ ਵਿਚਾਰਧਾਰਾ ਦੇ ਧਾਰਨੀ ਲੋਕ ਵਾ ਉਹ ਕਹਿੰਦੇ ਆ ਕਿ ਸੰਸਕਾਰ ਕਰ ਦੇਣਾ ਜਾਂ ਕਿਸੇ ਨੂੰ ਦਬਾ ਦੇਣ ਦੇ ਨਾਲ ਉਸ ਦਾ ਕੋਈ ਫਾਇਦਾ ਨਹੀਂ। ਜੇਕਰ ਸਰੀਰ ਦੇ ਅੰਗਾਂ ਨੂੰ ਵਰਤ ਲਿਆ ਜਾਵੇ ਜਾਂ ਉਸ ਦਾ ਬੋਡੀ ਡੋਨੇਟ ਕਰਕੇ ਮੈਡੀਕਲ ਖੋਜਾਂ ਦੇ ਲਈ ਵਰਤਿਆ ਜਾਵੇ ਤਾਂ ਇਹ ਜ਼ਿਆਦਾ ਵਧੀਆ। ਇੱਕ ਗੱਲ ਸਾਹਮਣੇ ਉੱਗੜ ਕੇ ਇਹ ਆਉਂਦੀ ਆ ਕਿ ਜਿਹੜੇ ਧਾਰਮਿਕ ਲੋਕ ਵਾ ਇਹ ਸਮਾਜ ਦੇ ਭਲੇ ਲਈ ਜ਼ਿਆਦਾ ਨਹੀਂ ਸੋਚਦੇ, ਇਹ ਸਿਰਫ ਆਪਣੀ ਨਿੱਜ ਦੇ ਲਈ ਸੋਚਦੇ ਆ। ਇਹ ਜਿਹੜਾ ਦਹਿਸ਼ਤ ਦਾ ਮਾਹੌਲ ਪੈਦਾ ਹੋਇਆ ਉਸ ਦੇ ਵਿੱਚ ਪਰਿਵਾਰਕ ਮੈਂਬਰ ਵੀ ਉਸ ਵਿਅਕਤੀ ਦੇ ਸੰਸਕਾਰ ਦੇ ਸਮੇਂ ਲਾਗੇ ਨਹੀਂ ਆਉਣਾ ਚਾਹੁੰਦੇ। ਇਟ ਮੀਨਸ ਕਿ ਜਿਹੜਾ ਕਿ ਪੰਜਾਬ ਇਹ ਸਮਝਿਆ ਜਾਂਦਾ ਸੀ ਕਿ ਆਪਣੇ ਪਰਿਵਾਰਕ ਮੈਂਬਰਾਂ ਦੇ ਲਈ ਜਾਨ ਦੇ ਸਕਦਾ ਉਹ ਅੱਜ ਇਸ ਤਰ੍ਹਾਂ ਦੁੱਖ ਦੀ ਘੜੀ ਦੇ ਵਿੱਚ ਵੀ ਜਿਹੜਾ ਸ਼ਾਮਿਲ ਨਹੀਂ ਹੋ ਰਿਹਾ, ਇਹ ਧਾਰਮਿਕ ਲੋਕਾਂ ਦੇ ਪ੍ਰਸ਼ਨ ਚਿੰਨ੍ਹ ਜਿਹੜਾ ਵਾ ਖੜੇ ਕਰਦਾ ਜੀ। ਤੇ ਜਿਸ ਤਰ੍ਹਾਂ ਕਿ ਲੋਕਾਂ ਦੇ ਵਿੱਚ ਫੋਬੀਆ ਹੈ ਜਾਂ ਡਰ ਹੈ ਕਰੋਨਾ ਨੂੰ ਲੈ ਕੇ, ਜਾਂ ਜਿਸ ਕਰਕੇ ਆਪਾਂ ਇਹ ਵੀ ਮੰਨਦੇ ਹੈਗੇ ਹਾਂ ਵੀ ਉਹਦੇ ਪਿੱਛੇ ਇੱਕ ਰੀਜ਼ਨ ਹੈਗਾ ਵੀ ਲੋਕ ਸੰਸਕਾਰਾਂ ਨੂੰ ਆਪਣੇ ਖੇਤਰਾਂ 'ਚੋਂ ਕਰਨ ਤੋਂ ਰੋਕ ਰਹੇ ਨੇ, ਇਸ ਦੇ ਬਾਰੇ ਦੇ ਵਿੱਚ ਤੁਸੀਂ ਅੰਤਮ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਲੋਕਾਂ ਨੂੰ? ਅਸੀਂ ਤਰਕਸ਼ੀਲ ਸੁਸਾਇਟੀ ਦੇ ਵੱਲੋਂ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਇਹ ਜਿਹੜੀਆਂ ਅਫਵਾਹਾਂ ਜਿਹੜੀਆਂ ਫੈਲਾਈਆਂ ਜਾ ਰਹੀਆਂ ਵਾ ਜਿਸ ਦੇ ਲਈ ਇਲੈਕਟ੍ਰੋਨਿਕਸ ਮੀਡੀਆ ਤੇ ਸਰਕਾਰਾਂ ਜਿਹੜੀਆਂ ਪੂਰੀ ਤਰ੍ਹਾਂ ਦੋਸ਼ੀ ਆ, ਕਿਉਂਕਿ ਇਲੈਕਟ੍ਰੋਨਿਕਸ ਮੀਡੀਆ ਤੇ ਵੀ ਅਸੀਂ ਵੇਖਦੇ ਹਾਂ ਇਸ ਦੇ ਵਿੱਚ ਡਰ ਪੈਦਾ ਕੀਤਾ ਜਾ ਰਿਹਾ, ਜਦਕਿ ਇਸ ਸੰਬੰਧੀ ਸਾਵਧਾਨੀਆਂ ਕੀ ਆ, ਜਨਤਾ ਦਾ ਬਚਾਅ ਕਿਵੇਂ ਕਰਨਾ ਵਾ ਇਸ ਵਿਸ਼ੇ ਤੇ ਜਿਹੜੀ ਆ ਬਿਲਕੁਲ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਜਨਤਾ ਨੂੰ ਇਹ ਚਾਹੀਦਾ ਕਿ ਸਰੀਰਕ ਬਿਮਾਰੀ ਦੇ ਨਾਲ ਜਿਹੜਾ ਮਨ ਦੇ ਵਿੱਚ ਭੈ ਹੁੰਦਾ ਵਾ ਉਸ ਭੈ ਨੂੰ ਜਿਹੜਾ ਵਾ ਬਿਲਕੁਲ ਖਤਮ ਕਰਨਾ ਚਾਹੀਦਾ। ਜੇਕਰ ਅਸੀਂ ਮਾਨਸਿਕ ਤੌਰ ਤੇ ਤੰਦਰੁਸਤ ਵਾਂ ਤਾਕਤਵਰ ਵਾਂ ਤਾਂ ਸਰੀਰਕ ਬਿਮਾਰੀ ਸਾਡਾ ਕੁਛ ਨਹੀਂ ਕਰ ਸਕਦੀ ਜੀ। ਮੇਰੇ ਖਿਆਲ ਦੇ ਵਿੱਚ ਅੰਤ ਤੇ ਤੁਸੀਂ ਇਹ ਵੀ ਕਹਿਣਾ ਚਾਹੋਗੇ ਵੀ ਜਿਹੜਾ ਸੰਸਕਾਰ ਕਰਨ ਵਾਲੀ ਗੱਲ ਹੈਗੀ ਆ ਵੀ ਸਾਨੂੰ ਜਿਹੜਾ ਸਾਡਾ ਆਪਣਾ ਭਾਈਚਾਰਾ ਹੈਗਾ ਉਹ ਬਣਾ ਕੇ ਰੱਖਣਾ ਚਾਹੀਦਾ, ਕਿਉਂਕਿ ਅਸੀਂ ਦੁੱਖ ਸੁੱਖ ਦੇ ਸਾਥੀ ਹੁੰਦੇ ਹਾਂ। ਵਿਗਿਆਨ ਦੀ ਦਿਸ਼ਾ ਨਿਰਦੇਸ਼ ਇਹਦੇ ਬਾਰੇ ਜੋ ਹੈਗੀ ਆ ਉਹਨੂੰ ਅਸੀਂ ਲੈ ਕੇ ਚੱਲਣਾ ਚਾਹੀਦਾ, ਅਤੇ ਕਰੋਨਾ ਬਿਮਾਰੀ ਜਿਹੜੀ ਹੈਗੀ ਆ ਉਹ ਡਰੋਪਲੈਟਸ ਦੇ ਰਾਹੀਂ ਫੈਲਦੀ ਆ, ਐਰੋਸੋਲਸ ਰਾਹੀਂ ਫੈਲਦੀ ਆ, ਉਹ ਹਵਾ ਨਾਲ ਨਹੀਂ ਫੈਲਦੀ। ਇਸ ਕਰਕੇ ਜਿਹੜੇ ਉਹਦੇ ਸੰਸਕਾਰ ਜੇ ਉਸ ਥਾਂ ਦੇ ਉੱਪਰ ਕੀਤਾ ਜਾਂਦਾ ਤਾਂ ਉਸ ਖੇਤਰ ਨੂੰ ਉਹਦੇ ਸੰਸਕਾਰ ਨਾਲ ਮੇਰੇ ਖਿਆਲ 'ਚ ਕੋਈ ਖਤਰਾ ਨਹੀਂ ਹੋਏਗਾ। ਬਿਲਕੁਲ ਜੀ, ਬਿਲਕੁਲ ਜੀ। ਪ੍ਰਸ਼ਾਸਨ ਦੇ ਵੱਲੋਂ ਵੀ ਜਨਤਾ ਨੂੰ ਸਮੇਂ ਸਮੇਂ ਤੇ ਜਾਣਕਾਰੀ ਦਿੱਤੀ ਜਾਂਦੀ ਆ ਕਿ ਸੰਸਕਾਰ ਕਰਨ ਦੇ ਵੇਲੇ ਲਾਗੇ ਜਿਹੜੇ ਵਿਅਕਤੀ ਆਉਣਗੇ ਉਸ ਨਜ਼ਦੀਕ ਆਉਣਗੇ ਉਹਨਾਂ ਨੂੰ ਪੂਰੀ ਤਰ੍ਹਾਂ ਪੀਪੀ ਕਿੱਟ ਦੇ ਨਾਲ ਲੈਸ ਕੀਤਾ ਜਾਏਗਾ। ਉਸ ਡੈਡ ਬੋਡੀ ਨੂੰ ਪਹਿਲਾਂ ਹੀ ਹਾਈਪੋਕਲੋਰਾਈਡ ਪਾਊਡਰ ਦੇ ਨਾਲ ਉਸ ਸੋਲੂਸ਼ਨ ਦੇ ਨਾਲ ਵਰੈਪ ਕਰ ਦਿੱਤਾ ਜਾਂਦਾ 2-3 ਵਰੈਪਿੰਗ ਦੇ ਵਿੱਚ, ਤੇ ਉਸ ਦੇ ਨਜ਼ਦੀਕ ਆਉਣ ਵਾਲਿਆਂ ਨੂੰ ਕਿੱਟ ਪੂਰੀ ਤਰ੍ਹਾਂ ਪ੍ਰੋਵਾਈਡ ਕੀਤੀ ਜਾਂਦੀ ਆ। ਇਸ ਕਰਕੇ ਡਰ ਦਹਿਸ਼ਤ ਵਾਲੀ ਬਿਲਕੁਲ ਕੋਈ ਵੀ ਗੱਲ ਨਹੀਂ।